ਹਾਟੇ ਸੀਐਮ ਸਾਹਿਬ ਦਾ ਸੰਗਤ ਦਰਸ਼ਨ ਉੱਤੇ ਜਾ ਰਹੇ ਨੇ ਤੇ ਸਾਡੇ ਸੀਐਮ ਸਾਹਿਬ ਪ੍ਰੈਸ ਤੇ ਮੀਡੀਆ ਦਰਸ਼ਨ ਉੱਤੇ ਨਿਕਲੇ ਹੋਏ ਨੇ ਮੇਰਾ ਮਤਲਬ ਹੈ ਹਰਪਜਨ ਮਾਨ ਲੱਗੇ ਨੇ ਚੈਨਲਾਂ ਤੇ ਪ੍ਰੈਸ ਕਾਨਫਰੰਸਾਂ ਉੱਤੇ ਜਾਣ ਤਾਂ ਕਿ ਉਹਨਾਂ ਦੀ 27 ਮਈ ਨੂੰ ਰਿਲੀਜ਼ ਹੋਣ ਵਾਲੀ ਫਿਲਮ ਸਾਡੇ ਸੀਐਮ ਸਾਹਿਬ ਨੂੰ ਪ੍ਰਮੋਟ ਕਰ ਸਕਣ ਇਸੇ ਲਈ ਉਹ ਫਿਲਮ ਦੇ ਵਿਲਨ ਦੇਵ ਸਿੰਘ ਗੇਲ ਨਾਲ ਗਲੋਬਲ ਪੰਜਾਬ ਤੇ ਚੈਨਲ ਪੰਜਾਬੀ ਦੇ ਸਟੂਡੀਓ ਪਹੁੰਚੇ ਸੋਣੋ ਫਿਰ ਹਰਪਜਨ ਮਾਨ ਤੇ ਦੇਵ ਦੇ ਨਾਲ ਹੋਈ ਸਾਡੀ ਇੱਕ ਖਾਸ ਗੱਲਬਾਤ ਅਨੇ ਦੀ ਸਾਡੇ ਸੀਐਮ ਸਾਹਿਬ ਦੇ ਖਾਸੇ ਨਾਰੇ ਲੱਗ ਰਹੇ ਨੇ ਤੇ ਇਸ ਵਾਰ ਸਾਡੇ ਸੀਐਮ ਸਾਹਿਬ ਸਾਡੇ ਲਈ ਕੀ ਕੁਝ ਖਾਸ ਤੇ ਨਵਾਂ ਲੈ ਕੇ ਆ ਰਹੇ ਨੇ ਉਹ ਸਾਡੇ ਸੀਐਮ ਸਾਹਿਬ ਸਾਡੇ ਕੋਲ ਹੀ ਬੈਠੇ ਨੇ ਤੇ ਉਹੀ ਦੱਸਣਗੇ ਸਤਿ ਸ਼੍ਰੀ ਅਕਾਲ ਹਰਭਜਨ ਮਾਨ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਸਾਹਿਬ ਨੂੰ ਦੇਖਣ ਵਾਲੇ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਰਭਜਨ ਮਾਨ ਸਾਡੇ ਸੀਐਮ ਸਾਹਿਬ ਸਾਡੇ ਲਈ ਇਸ ਵਾਰ ਕੀ ਨਵਾਂ ਲੈ ਕੇ ਆ ਰਹੇ ਨੇ ਸਾਡੇ ਸੀਐਮ ਸਾਹਿਬ ਬਦਲਣਗੇ ਪੰਜਾਬ ਸੋ ਇੱਕ ਨਵੀਂ ਫਿਲਮ ਲੈ ਕੇ ਆ ਰਹੇ ਆ ਜੀ ਫਰਸਟ ਟਾਈਮ ਮੇਰੇ ਖਿਆਲ ਪੰਜਾਬੀ ਸਿਨੇਮੇ ਦੇ ਵਿੱਚ ਇਸ ਤਰ੍ਹਾਂ ਦੀ ਫਿਲਮ ਟੈਂਪਟਸ ਤਰ੍ਹਾਂ ਦਾ ਸਬਜੈਕਟ ਕੇ ਜਿਹੜੀ ਪੋਲਿਟੀਕਲ ਗੱਲਬਾਤ ਕਰਦੀ ਹੈ ਬਟ ਉਹ ਬਹੁਤ ਇੱਕ ਵਧੀਆ ਤਰੀਕੇ ਦੇ ਨਾਲ ਜਿਹਦੇ ਵਿੱਚ ਤੁਹਾਨੂੰ ਹਸਾਉਂਦੀ ਹੈ ਫਿਲਮ ਦੇ ਵਿੱਚ ਐਕਸ਼ਨ ਕਾਫੀ इमोशनल ਵੀ ਹੈ ਫਿਲਮ ਐਂਡ ਪੂਰਾ ਅੱਜ ਪੰਜਾਬ ਦੇ ਵਿੱਚ ਹਾਲਾਂਕਿ ਇਲੈਕਸ਼ਨਸ ਤਾਂ ਕਾਫੀ ਅੱਗੇ ਹੈ ਜੇ 2017 ਦੇ ਵਿੱਚ ਨੇ ਪਰ ਮਾਹੌਲ ਪੂਰਾ ਭਖਿਆ ਹੋਇਆ ਸੋ ਆਈ ਥਿੰਕ ਬਹੁਤ ਪੰਜਾਬੀ ਇਸ ਫਿਲਮ ਨਾਲ ਦਿਲੋਂ ਰਿਲੇਟ ਕਰਨਗੇ ਜੀ 2017 ਦੇ ਵਿੱਚ ਚੋਣਾ ਆ ਹੀ ਰਹੀਆਂ ਨੇ ਤੋ ਉਸ ਤੋਂ ਪਹਿਲਾਂ ਇਹ ਉਸ ਮਾਹੌਲ ਨੂੰ ਹੋਰ ਕਿੰਨਾ ਕੁ ਪਖਾਏਗੀ ਜਾਂ ਥੋੜਾ ਮਜ਼ਾਕੇ ਕਹਿੰਕਿ ਥੋੜਾ ਜਿਹਾ ਗ੍ਰੇ ਟ੍ਰੇਲਰ ਨੂੰ ਦੇਖ ਕੇ ਜਿੱਤੋਂ ਤੁਹਾਡਾ ਟੀਜ਼ਰ ਆਇਆ ਸੀ ਟ੍ਰੇਲਰ ਆਇਆ ਕਾਸਾ ਲੋਕਾਂ ਨੇ ਪਸੰਦ ਕੀਤਾ ਤੇ ਕਿੰਨਾ ਕੁ ਉਹ ਹੋਰ ਮਾਹੌਲ ਨੂੰ ਪਖਾਏਗੀ ਜਾਂ ਥੋੜਾ ਜਿਹਾ ਮਜ਼ਾਕ ਦੇ ਤੌਰ ਤੇ ਹੀ ਤੁਸੀਂ ਸਾਰਾ ਕੁਝ ਕੀਤਾ ਇਹਦੇ ਵਿੱਚ ਨਹੀਂ ਫਿਲਮ ਦੇ ਵਿੱਚ ਕਾਫੀ ਹੱਦ ਤੱਕ ਹੈ ਕਾਮੇਡੀ ਬਟ ਕਾਮੇਡੀ ਦੇ ਨਾਲ ਨਾਲ ਜਿਸ ਤਰ੍ਹਾਂ ਮੇਰੀਆਂ ਸਾਰੀਆਂ ਫਿਲਮਜ਼ ਹੁੰਦੀਆਂ ਜੀ ਕਿ ਇੱਕ ਫਿਲਮ ਅੱਛਾ ਸਨੇਹਾ ਵੀ ਦੇਵੇ ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਪੰਜਾਬ ਇੱਕ ਐਸੇ ਮੋੜ ਤੇ ਖੜਾਗਾ ਕਿ ਮੇਰਾ ਖਿਆਲ ਨਹੀਂ ਕਿ 2017 ਤੋਂ ਵੱਡੇ ਕੋਈ ਪੰਜਾਬ ਦੇ ਵਿੱਚ ਇਲੈਕਸ਼ਨ ਹੋਈ ਹੋਵੇਗੀ ਪਹਿਲਾਂ ਜਾਂ ਅੱਗੋਂ ਹੋਵੇਗੀ ਸੋ ਉਹਦੇ ਵਿੱਚ ਆਈ ਥਿੰਕ ਕਿ ਅਸੀਂ ਖਾਸ ਤੌਰ ਤੇ ਯੂਥ ਜਿਹੜਾ ਤੇ ਜਿਹੜਾ ਪੰਜਾਬ ਅੱਜ ਕੀ ਜਿਹੜੇ ਇਸ਼ੂਜ਼ ਨੇ ਕਿੱਥੇ ਖੜਾ ਸੋ ਥੋੜਾ ਜਿਹਾ ਹਾਸੇ ਮਜ਼ਾਕ ਦੇ ਨਾਲ ਹੀ ਤੇ ਥੋੜਾ ਜਿਹਾ ਗੰਭੀਰਤਾ ਨਾਲ ਵੀ ਆਈ ਥਿੰਕ ਬਹੁਤ ਵੱਡਾ ਵਧੀਆ ਸੁਨੇਹਾ ਦੇ ਬਣਾਇਆ ਇਸ ਫਿਲਮ ਤੇ ਰਹਿ। ਹਰਪਾ ਜਰਮਨ ਨੇ ਖੁਦ ਰਾਜਨੀਤੀ ਜੁਆਇਨ ਕੀਤੀ ਸੀ ਪੋਲਿਟਿਕਸ ਚਾਈ ਸੀ ਪਰ ਅਚਾਨਕ ਛੱਡ ਦਿੱਤੀ ਤੇ ਖੁਦ ਦਾ ਕੁਝ ਐਕਸਪੀਰੀਐਂਸ ਇਸ ਫਿਲਮ ਦੇ ਵਿੱਚ ਤੁਸੀਂ ਰੱਖਿਆ ਹੈ। ਆ ਮਤਲਬ ਸਾਰਾ ਨੇ ਡਾਇਰੈਕਟਰ ਦੇ ਨਹੀਂ ਦੱਸਿਆ ਸਾਰਾ ਕੁਝ ਤੁਹਾਨੂੰ। ਮੇਰਾ ਖਿਆਲ ਹੈ ਕਿ ਕੁਝ ਸਾਧ ਤੱਕ ਤਾਂ ਐਵਰੀ ਜ਼ਿੰਦਗੀ ਦੀ ਜਿਹੜੀ ਲਾਈਫ ਦੀ ਸਟੇਜ ਹੈ, ਐਵਰੀ ਸਟੈਪ ਤੇ ਤੁਸੀਂ ਉਹ ਚੰਗਾ ਤਜਰਬਾ, ਉਹ ਮਾੜਾ ਤਜਰਬਾ ਤੁਸੀਂ ਉਹਦੇ ਵਿੱਚੋਂ ਜ਼ਰੂਰ ਕੁਝ ਨਾ ਕੁਝ ਸਿੱਖਦੇ ਹੋਗੇ। ਤੇ ਵੈਸੇ ਵੀ ਜ਼ਿੰਦਗੀ ਇੱਕ ਕਹਿੰਦੇ ਜੀਵਨ ਚੱਲਣੇ ਦਾ ਨਾਮ ਚੱਲਦੇ ਰਹਿਣਾ ਚਾਹੀਦਾ ਉਹਦੇ ਵਿੱਚ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਤਾਂ ਉਹ ਜ਼ਰੂਰ ਕਿ ਕੀ ਮਜਬੂਰੀਆਂ ਕੀ ਚੈਲੰਜਸ ਨੇ ਜਿਹੜੇ ਮੈਂ ਬੇਸ਼ੱਕ ਮੈਂ ਇੱਕ ਪੋਲੀਟੀਕਲ ਪਾਰਟੀ ਜਾਂ ਮੈਂ ਕਿਸੇ ਰਾਜਨੀਤੀ ਦੇ ਵਿੱਚ ਮੈਂ ਸ਼ਾਮਲ ਨਹੀਂ ਸੀ ਮੈਂ ਇੱਕ ਕਨਸਟੀਟਿਊਸ਼ਨਲ ਪੋਸਟ ਜ਼ਰੂਰ ਇੱਕ ਸਾਲ ਉੱਤੇ ਮੈਂ ਰਿਹਾ ਸੀ ਉਸ ਤੋਂ ਬਾਅਦ ਮੈਂ ਰਿਜ਼ਾਈਨ ਕਰ ਦਿੱਤਾ ਹੁਣ ਵੀ ਮੇਰੇ ਨਾਲ ਸਾਥੀ ਨੇ ਫਿਲਮ ਦੇ ਵਿੱਚ ਬਹੁਤ ਕਮਾਲ ਦੇ ਅਦਾਕਾਰ ਨੇ ਗੁਰਪ੍ਰੀਤ ਖੁੱਗੀ ਜੀ ਉਹ ਆਪ ਉਹਨਾਂ ਨੇ ਜੁਆਇਨ ਕੀਤੀ ਹੈਗੀ ਆਈ ਵਿਸ਼ ਹਮ ਯੂ نو ਲਾਟਸ ਆਫ ਲੱਕ ਪਰ ਕੀ ਹੁੰਦਾਗਾ ਕਿ ਉਹ ਤਜਰਬੇ ਤੁਹਾਨੂੰ ਕੁਝ ਨਾ ਕੁਝ ਸਿਖਾਉਂਦੇ ਆ ਤੇ ਜਦੋਂ ਤੁਸੀਂ ਉਹ ਕੈਰੈਕਟਰ ਪਲੇ ਕਰਦੇ ਹੋ ਜੇ ਉਹ ਨਿੱਜੀ ਜ਼ਿੰਦਗੀ 'ਚ ਉਹਦੇ ਰਾਹੀਂ ਲੰਘੇ ਹੋ ਤੁਸੀਂ ਤੋ ਆਬੀਅਸਲੀ ਉਹ ਪਲੇ ਕਰਨਾ ਥੋੜਾ ਇਹ ਹੋਰ ਸੌਖਾ ਹੁੰਦਾ ਕਿਉਂਕਿ ਤੁਸੀਂ ਉਹਨਾਂ ਨੂੰ ਨਾਲ ਸੱਚੀਆਂ ਘਟਰਾਵਾਂ ਦੇ ਜੋੜ ਸਕਦੇ ਹੋਗੇ ਜੀ ਗੱਦਾਰ ਦਾ ਟਵਿੱਟਰ ਕਾਫੀ ਹਿੱਟ ਹੋਈ ਹਰਪਜਨ ਮਾਨ ਦੇ ਤੋਂ ਵੈਲਕਮ ਬੈਕ ਸੀਗਾ ਪੰਜਾਬੀ ਇੰਡਸਟਰੀ ਵਿੱਚ ਹਰਪਜਨ ਮਾਨ ਨੇ ਪੰਜਾਬੀ ਇੰਡਸਟਰੀ ਨੂੰ ਦੁਬਾਰਾ ਇੱਕ ਨਵਾਂ ਨੀ ਪੱਥਰ ਰੱਖਿਆ ਸੀ ਉਸ ਤੋਂ ਬਾਅਦ ਸਾਡੀ ਪੰਜਾਬੀ ਇੰਡਸਟਰੀ ਕਾਫੀ ਬਦਲ ਗਈ ਹੁਣ ਕਾਫੀ ਨਵੀਆਂ-ਨਵੀਆਂ ਕਹਾਣੀਆਂ ਆਈਆਂ ਪੰਜਾਬੀ ਇੰਡਸਟਰੀ ਤੇ ਉਹਦੇ ਚ ਲੱਗਦਾ ਹੈ ਕਿ ਗੱਦਾਰ ਤੋਂ ਬਾਅਦ ਸਾਡੇ ਸੀਐਮ ਸਾਹਿਬ ਇੱਕ ਹੋਰ ਹਰਪਜਨ ਮਾਨ ਦੇ ਨਵੇਂ ਮਨ ਲੋ ਕਹ ਲਓ ਅਭਿਨੇ ਨੂੰ ਨਵਾਂ ਇੱਕ ਰਾਹ ਦੇਗੀ ਜਾਂ ਨਵਾਂ ਇੱਕ ਪਾਏਗੀ ਕਿ ਹਰ ਭਜਨਮਾਨ ਨੇ ਫਿਰ ਇੱਕ ਨਵੀਂ ਚੀਜ਼ ਲਿਆਂਦੀ ਸਾਡੀ ਪੰਜਾਬੀ ਇੰਡਸਟਰੀ ਚ ਮੈਂ ਸਮਝਦਾ ਜੀ ਮੈਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਹਿਲੀ ਗੱਲ ਤੇ ਮੇਰੀ ਆਮ ਬlesਟ ਲੋਗਾ ਦਾ ਪਿਆਰ ਹੈ ਇੰਨੇ ਸਾਲਾਂ ਦਾ ਮੇਰੇ ਨਾਲ ਕਿ ਇੰਨਾ ਲੰਮਾ ਸਮਾਂ ਪੰਜਾਬੀ ਗਾਇਕੀ ਦਾ ਚੱਲੋ ਹੈ ਹੀ ਇਹ ਬੜਾ ਲੰਮਾ ਸਫ਼ਰ ਮੇਰਾ 92 ਦਸੰਬਰ ਦੇ ਵਿੱਚ ਚਿੱਠੀ ਚਿੱਠੀ ਰਿਲੀਜ਼ ਹੋਈ ਬਟ ਫਿਲਮਾਂ ਦੇ ਵਿੱਚ ਵੀ ਆਲਮੋਸਟ 15 16 ਸਾਲ ਹੋ ਚੱਲੇ ਜੀ ਤੇ ਉਹਦੇ ਵਿੱਚ ਲੋਕਾਂ ਨੇ ਇੰਨੀ ਦੇਰ ਮੇਰੀਆਂ ਫਿਲਮਾਂ ਦੇਖੀਆਂ ਸਿਨੇਮੇ ਦੇ ਵਿੱਚ ਇੱਕ ਮੇਰੀ ਅਹਿਮੀਅਤ ਰਹੀ ਹੈ ਜੀ ਪਿਛਲੇ ਇੰਨੇ ਸਾਲਾਂ ਦੇ ਵਿੱਚ ਆਈ ਸੀ ਕਿ ਰੂਲੀ ਗੇਵ ਮੀ ਐਨ ਓਪਰਚ्युनिटी ਟੂ ਗ로우 ਐਜ਼ ਅ ਐਕਟਰ ਤੇ ਉਹਦੇ ਵਿੱਚ ਇੱਕ ਨਵੇਂ-ਨਵੇਂ ਜਿਹੜੇ ਤਜਰਬੇ ਕਰਨੇ ਨਵੇਂ-ਨਵੇਂ ਕਿਰਦਾਰ ਨਿਭਾਉਣੇ ਅਲੱਗ-ਅਲੱਗ ਤਰ੍ਹਾਂ ਦੇ ਤੇ ਉਹ ਮੈਨੂੰ ਇੱਕ ਮੌਕਾ ਮਿਲਿਆ ਸਪੈਸ਼ਲੀ ਲਾਸਟ 2 3 ইয়ারਸ ਦੇ ਵਿੱਚ ਜਿਵੇਂ ਹਾਣੀ ਸੀ ਜੰਗਦਾਰ ਸੀ ਮਤੋਜਮਾਨ ਹੋਣਾ ਨੇ ਬੜਾ ਵਧੀਆ ਉਹਦੇ ਵਿੱਚ ਡਿਫਰੈਂਟ ਲਗ ਕੰਮ ਕਰਵਾਇਆ ਤੋ ਹੁਣ ਜਦ ਮੈਂ ਕੋਈ ਫਿਲਮ ਕਰਦਾਗਾ ਉਹਦੇ ਵਿੱਚ ਪਹਿਲਾ ਸਭ ਤੋਂ ਮੇਰੇ ਇਹ ਹੁੰਦਾ ਕਿ ਹਰ ਭਜਨਮਾਨ ਇਹ ਚ ਹਰ ਭਜਨਮਾਨ ਨਹੀਂ ਲੱਗਣਾ ਚਾਹੀਦਾ ਕਿ ਹਰ ਭਜਨਮਾਨ ਜਦੋਂ ਸੈਟ ਤੇ ਆ ਗਿਆ ਕੈਮਰੇ ਦੇ ਸਾਹਮਣੇ ਤਾਂ ਉਹ ਕਿਰਦਾਰ ਹੋਵੇ ਉਹ ਕਿਰਦਾਰ ਤਾਂ ਲੱਗੇਗਾ ਜੇ ਮੈਨੂੰ ਕੁਝ ਅਲੱਗ ਕਰ ਲਈ ਮਿਲੇਗਾ ਸੋ ਅਗੇਨ ਆਮ ਰੂਲੀ ਹੈਪੀ ਬਾਥ ਸੈਟੀਸਫੈਕਸ਼ਨ ਹੈ ਮੈਨੂੰ ਕਿ ਸਾਡੇ ਸੀਐਮ ਸਾਹਿਬ ਦੇ ਵਿੱਚ ਮੇਰਾ ਬਿਲਕੁਲ ਇੱਕ ਹਟਕੇ ਜਿਹੜਾ ਕਿਰਦਾਰ ਹੈ ਜੋ ਆਲਰੇਡੀ ਤੁਸੀਂ ਜਿਸ ਤਰ੍ਹਾਂ ਕਿਹਾ ਟ੍ਰੇਲਰ ਦੇਖ ਕੇ ਸਭ ਕਹਿ ਰਹੇ ਜੀ ਅਰ ਰੰਗ ਚ ਤੱਕ ਤੇ ਹਰਭਜਨ ਮਾਨ ਨੂੰ ਦੇਖੇ ਨਹੀਂ ਗਾ ਸੋ ਦੈਟ ਐਕਸਾਈਟਸ ਮੀ ਐਂਡ ਆਡੀਅנס ਦੇ ਲਈ ਵੀ ਇੱਕ ਬੜੀ ਵੱਡੀ ਐਕਸਾਈਟਮੈਂਟ ਹੈ ਗਈ ਸੀ ਪੰਜਾਬੀ ਜੇਕਰ ਫਿਲਮਾਂ ਦੀ ਗੱਲ ਕਰੀਏ ਬਹੁਤ ਬਦਲਾ ਆਇਆ ਗਾਇਕੀ 'ਚ ਵੀ ਕਾਫੀ ਬਦਲਾ ਆਇਆ ਨਵੇਂ-ਨਵੇਂ ਗਾਇਕ ਆ ਰਹੇ ਨੇ ਨਵਾਂ 뮤직 ਆ ਰਿਹਾ ਸਭ ਕੁਝ ਚੇਂਜ ਹੋ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਪੁਰਾਣੇ ਜ਼ਮਾਨੇ ਦੀ ਹਰਭਜਨ ਮਾਨ ਦੀ ਗੁਰਦਾਸ ਮਾਨ ਸਾਹਿਬ ਦੀ ਗਾਇਕੀ ਪਰ ਅੱਜ ਵੀ ਉਹ ਐਵਰਗ੍ਰੀਨ ਗੀਤ ਨੇ ਜਿਹੜੇ ਅੱਜ ਵੀ ਸੁਣਿਆ ਅੱਜ ਵੀ ਨਵੇਂ ਹੀ ਲੱਗਦੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਦੇਖੋ ਜਦ ਕੋਈ ਔਖਾ ਸਵਾਲ ਹੁੰਦਾ ਤੁਸੀਂ ਮੈਥੋਂ ਔਖਾ ਸਵਾਲ ਬੜੇ ਮਿੱਠੇ ਜਿਹੇ ਤਰੀਕੇ ਦੇ ਨਾਲ ਪੁੱਛ ਲਿਆ ਸਵਾਲ ਔਖਾ ਹੈਗਾ ਅਗਰ ਮੈਂ ਦਿলো ਨਾ ਕਮਾ ਤਾਂ ਉਹ ਵੀ ਮੇਰੀ ਮਾੜੀ ਗੱਲ ਹੈ ਕਿ ਮੈਂ ਵੀ ਉਸ ਤਰ੍ਹਾਂ ਦਾ ਗੋਲ ਮੋਲ ਜਵਾਬ ਦੇ ਜੈ ਆਈ ਥਿੰਕ ਪੰਜਾਬੀ ਗਾਇਕੀ ਜੋ ਮੌਜੂਦਾ ਦੌਰ ਦੀ ਹੈਗੀ ਉਹਦੇ ਚ ਜਿਹੜੇ ਵੀ ਸੁਹਿਰਦ ਸਰੋਤੇ ਆ ਜਾਂ ਜਿਹੜੇ ਪੰਜਾਬੀ ਪੰਜਾਬੀ ਦਾ ਜੰਮ ਦਾ ਵੀ ਗੀਤਾਂ ਜਾਂ ਮਰਦਾ ਵੀ ਗੀਤਾਂ ਚ ਜੀ ਸੋ ਪੰਜਾਬੀ ਚਿੰਤਤ ਨੇ ਆਈ ਥਿੰਕ ਕਿਤਨਾ ਕ ਤੁਸੀਂ ਸਾਰੇ ਅਸੀਂ ਖੁਸ਼ ਨਹੀਂ ਕਿ ਜੋ ਹੋ ਰਿਹਾ ਉਹ ਚੰਗਾ ਨਹੀਂਗਾ ਬਟ ਉਹਦੇ ਵਿੱਚ ਅਗੇਨ ਨਾ ਕਲਾ ਕਲਾਕਾਰਾਂ ਦਾ ਕਸੂਰ ਹੈ ਜੀ ਨਾ ਸਾਰਾ ਸਰੋਤਿਆਂ ਦਾ ਕਸੂਰ ਹੈ ਅਸੀਂ ਰਲ ਮਿਲ ਕੇ ਜਦ ਕੋਈ ਚੀਜ਼ ਹਿੱਟ ਹੁੰਦੀ ਹੈ ਚੱਲਦੀ ਹੈ ਤਾਂ ਫਿਰ ਉਹ ਇੱਕ ਆਧਾਰਨ ਬਣ ਜਾਂਦੀ ਹੈ ਜੀ ਆ ਦੇਖੋ ਚੱਲਿਆ ਸਾਰੇ ਸਰੋਤਿਆਂ ਨੂੰ ਮਿਲੀਅਨਸ ਦੇ ਵਿੱਚ ਇਹਨਾਂ ਦੇ ਵਿਊਅਰਸ ਨੇ ਜਾਂ ਸੁਣ ਰਹੇ ਹੈਗੇ ਵਜ ਰਹੇ ਹੈਗੇ ਵਿਆਹ ਸ਼ਾਦੀਆਂ ਸਾਡੇ ਘਰਾਂ 'ਚ ਇਹ ਗਾਣੇ ਵੱਜਦੇ ਹੈ ਜੀ ਸੋ ਆਈ ਥਿੰਕ ਮੈਂ ਸਿਰਫ ਇਹ ਕਹਿ ਸਕਦਾ ਕਿ ਵੱਡੇ ਭਰਾ ਹੋਣ ਦੇ ਨਾਤੇ ਸ਼ਾਇਦ ਮੇਰਾ ਹੱਕ ਤਾਂ ਨਹੀਂ ਬਣਦਾ ਬਟ ਫਿਰ ਵੀ ਇੱਕ ਪੰਜਾਬੀ ਮਾਂ ਬੋਲੀ ਪ੍ਰਤੀ ਸਾਡਾ ਇਹ ਫਰਜ਼ ਆ ਸਾਡੀ ਡਿਊਟੀ ਹੈ ਕਿ ਸਾਡਾ ਕੰਟੈਂਟ ਜ਼ਰੂਰ ਅੱਛਾ ਹੋਣਾ ਚਾਹੀਦਾ ਬਾਕੀ ਨਵਾਂ ਸਮੇਂ ਦੇ ਨਾਲ ਪਾਣੀ ਇੱਕੋ ਜਗ੍ਹਾ ਖੜਾ ਰਹੇਗਾ ਤਾਂ ਗੰਦਲਾ ਹੋ ਜਾਏਗਾ ਦੇਖੋ ਕਿੰਨੇ ਬਦਲਾਵ ਆਉਣ ਦੇ ਬਾਵਜੂਦ ਅੱਜ ਰੈਪ ਅੱਜ ਇਹ ਹੈ ਉਹ ਹੋ ਰਿਹਾ ਫਿਰ ਵੀ ਉਹਦੇ ਵਿੱਚ ਤੁਹਾਨੂੰ ਸੁਣਾਈ ਕੀ ਦੇ ਰਿਹਾ ਤੁੰ ਵੀ ਵੱਜ ਰਹੀ ਉਹਦੇ ਚ ਢੱਡ ਵੱਜ ਰਹੀ ਉਹ ਜ ਸਰੰਗੀ ਵੱਜ ਰਹੀ ਹੈ ਜੀ ਗਾਣੇ ਚ ਹਨਾ ਤਾਂ ਲੈ ਦੇ ਕੇ ਅਸੀਂ ਵਾਪਸ ਤਾਂ ਉੱਥੇ ਹੀ ਆਉਣਾਗਾ ਜੀ ਲੇਕਿਨ ਸਾਨੂੰ ਨਵੇਂ ਸਾਊਂਡ ਆ ਨਵੇਂ ਤਜਰਬੇ ਆ ਅਸੀਂ ਅੱਜ ਪੰਜਾਬੀ ਅਸੀਂ ਸਾਰੇ ਇੱਕ ਗਲੋਬਲ ਸਿਟੀਜ਼ਨਾਂ ਆ ਅੱਜ ਪੰਜਾਬੀ ਦੁਨੀਆ ਭਰ ਚ ਬੈਠਿਆ ਸਾਡਾ ਸੰਗੀਤ ਦੁਨੀਆ ਭਰ ਚ ਸੁਣਿਆ ਜਾ ਰਿਹਾ ਸੋ ਉਸ ਦੇ ਹਾਣ ਦਾ ਹੋਈਏ ਪਰ ਉਹ ਹਾਣ ਦੇ ਵਿੱਚ ਹਮੇਸ਼ਾ ਗਾਣੇ ਨੇ ਖਾਸ ਤੌਰ ਤੇ ਯੂਸ ਯੰਗਸਟਰਸ ਦੇ ਕਾਰਲ ਮਾਰਕਸ ਨੇ ਇੱਕ ਬਹੁਤ ਵਧੀਆ ਕੋਟੇਸ਼ਨ ਆ ਆਪਦੇ ਵੇਲੇ ਕਿਹੜੇ ਵੇਲੇ ਚ ਰਸ਼ੀਆ ਦਾ ਰੂਸ ਦਾ ਡਾਵਾ ਡਲੀਡਰ ਨੇ ਉਹਨੇ ਕਹੀ ਸੀ ਕਿ ਮੈਨੂੰ ਆਪਣੇ ਮੌਜੂਦਾ ਮੌਜੂਦਾ ਦੌਰ ਦੇ ਪੰਜ ਗਾਣੇ ਸੁਣਾ ਦਿਓ ਜਿਹੜੇ ਤੁਹਾਡੇ ਮੌਜੂਦਾ ਦੌਰ ਦੇ ਪੰਜ ਗੀਤ ਨੇ ਹਿੱਟ ਉਹ ਮੈਨੂੰ ਸੁਣਾ ਦਿਓ ਤੇ ਮੈਂ ਤੁਹਾਡੀਆਂ ਜਨਰੇਸ਼ਨਸ ਦਾ ਆਉਣ ਵਾਲਾ ਜਿਹੜਾ ਭਵਿੱਖ ਦੱਸ ਸਕਦਾਂ। ਸੋ ਸੰਗੀਤ ਐਡਾ ਵੱਡਾ ਰੋਲ ਪਲੇ ਕਰਦਾ ਤੋ ਆਈ ਥਿੰਕ ਕਿ ਸਾਨੂੰ ਯੂਥ ਨੂੰ ਸਾਡਾ ਇਹ ਸਿੰਗਰਜ਼ ਦਾ ਫਰਜ਼ ਬਣਦਾ ਕਿ ਜਦੋਂ ਅਸੀਂ ਉਹਨਾਂ ਨੂੰ ਇੰਟਰਟੇਨ ਕਰਦੇ ਜੇ ਅਸੀਂ ਉਹਨਾਂ ਨੂੰ ਸਾਰਾ ਦਿਨ ਇੱਕ ਬੱਚਾ ਹੈਗਾ ਉਹਨੇ ਟੀਵੀ ਮੂਰੇ ਬੈਠੇ ਰਹੇ ਜੇ ਸਾਰਾ ਦਿਨ ਦੇਖੀ ਜਾਣਾ ਕਿ ਜੀ ਬੰਦੂਕ ਮੈਂ ਚਲਾਤੀ ਮੈਂ ਮਾਰਤਾ ਮੈਂ ਇੱਥੇ ਟਕਰੂੰਗਾ ਜੀ ਫਿਰ ਅੱਜ ਸਰ ਖ਼ਬਰਾਂ ਚੁਕਲ ਸਵੇਰ ਤੋਂ ਅਸੀਂ ਕੀ ਘਟਨਾਵਾਂ ਪੜਦੇ ਆ ਜੀ ਡੀਜੇ ਤੇ ਗੋਲੀ ਚੱਲ ਗਈ ਜੀ ਉੱਥੇ ਹੋ ਗਿਆ ਜੀ ਉਹ ਸੋ ਸਾਡਾ ਥੋੜਾ ਜਿਹਾ ਫਰਜ਼ ਇਹ ਜ਼ਰੂਰ ਬਣਦਾ ਕਿ ਜੋ ਅਸੀਂ ਗਾਈਏ ਉਹ ਥੋੜਾ ਚੰਗਾ ਹੋਵੇ ਉਹ ਸੁਣਨ ਯੋਗ ਹੋਵੇ ਐਂਟਰਟੇਨਮੈਂਟ ਦੇ ਨਾਲ ਥੋੜਾ ਬਹੁਤਾ ਉਹ ਜਿਹੜੇ ਮਨੁੱਖੀ ਰਿਸ਼ਤੇ ਉਹਨਾਂ ਵਿੱਚ ਹੋਰ ਜਿਹੜੀ ਅੱਛੀ ਗੱਲ ਉਹਨਾਂ ਨੂੰ ਹੋਰ ਨੇੜੇ ਲੈ ਕੇ ਆਵੇ ਉਹਨਾਂ ਨੂੰ ਤੋੜੇ ਨਾ ਹਰ ਭਜਨਮਾਨ ਜਾਂਦੇ ਜਾਂਦੇ ਆਪਣੇ ਫੈਨਸ ਨੂੰ ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚ ਨੇ ਆ ਸਾਰੇ ਫੈਨਸ ਨੇ ਕੀ ਮੈਸੇਜ ਦੇਣਾ ਚਾਹੋਗੇ ਆਪਣੀ ਫਿਲਮ ਬਾਰੇ ਜਾਂ ਵੈਸੀ ਕੋਈ ਜਨਰਲ ਮੈਸੇਜ ਮੈਂ ਹਮੇਸ਼ਾ ਬਹੁਤ ਜ਼ਿੰਮੇਵਾਰੀ ਨਾਲ ਕੰਮ ਕੀਤਾ ਜੀ ਚਾਹੇ ਫਿਲਮ ਬਣੇ ਚਾਹੇ ਸੰਗੀਤ ਹੈ ਚਾਹੇ ਮੇਰੇ ਸਟੇ ਸ਼ੋਅਸ ਹੋਣ ਸੋ ਮੈਂ ਜੋ ਕੁਝ ਹਾਂ ਐਡਾ ਲੰਮਾ ਸਮਾਂ ਉਹ ਨਾ ਫਲੂਕ ਹੋ ਸਕਦਾ ਨਾ ਉਹ ਕਿਸਮਤ ਹੋ ਸਕਦੀ ਹੈ ਤੇ ਇਹ ਜੇ ਲੰਮਾ ਇਹਨਾਂ ਸਮਾਂ ਦੌਰ ਕੱਢਿਆ 25 26 ਸਾਲ ਤਾਂ ਇਹ ਤੁਹਾਡੀਆਂ ਵਿੱਚ ਦੁਆਵਾਂ ਨੇ ਤੁਹਾਡੀ سپورਟ ਹੈ ਮੈਨੂੰ ਤੁਸੀਂ ਹਮੇਸ਼ਾ ਮੇਰੇ ਨਾਲ ਖੜੇ ਹੋਵੋਗੇ ਤੇ ਮੈਂ ਆਸ ਕਰਦਾ ਕਿ ਜਿਹੜੀ ਸਾਡੇ ਸੀਐਮ ਸਾਹਿਬ ਗੁਰਪ੍ਰੀਤ ਖੁੱਗੀ ਜੀ ਦੇਵ ਗਿੱਲ ਸਾਡਾ ਪੰਜਾਬੀ ਨੌਜਵਾਨ ਸਾਊਥ ਦੀ ਇੰਡਸਟਰੀ ਜ ਬਹੁਤ ਵੱਡਾ ਨਾਮ ਪਹਿਲੀ ਵਾਰ ਪੰਜਾਬੀ ਸਿਨੇਮੇ ਚ ਐਂਟਰੀ ਕਰ ਰਿਹਾ ਸਾਗਾ ਯੂਨਿਸਿਸ ਵੱਲੋਂ ਬਹੁਤ ਰੀਜਨਲ ਇਹ ਫਿਲਮ ਬਣਾਈ ਗਈ ਹੈ ਬਹੁਤ ਅਲੱਗ ਫਿਲਮ ਮਨੋਰੰਜਨ ਪਰਪੂਰ ਫਿਲਮ ਸੋ ਪਲੀਜ਼ ਹਮੇਸ਼ਾ ਦੀ ਤਰ੍ਹਾਂ ਤੁਹਾਡੀ سپورਟ ਦੀ ਮੈਂ ਆਸ ਰੱਖਦਾ ਕਿਉਂਕਿ ਤੁਹਾਡੇ ਬਿਗਾਰੇ ਫਿਲਮ ਨਾ ਕਾਮਯਾਬ ਹੋ ਸਕਦੀ ਆ ਨਾ ਹਰਪਜਨ ਮਾਨ ਦਾ ਸਰਵਾਈਵਲ ਸੋ ਪਲੀਜ਼ ਜ਼ਰੂਰ 27th ਮੇ ਇਹਨੂੰ ਫਿਲਮ ਰਿਲੀਜ਼ ਹੋਣੀ ਹੈ ਤੇ ਤੁਸੀਂ ਥੀਏਟਰਸ ਦੇ ਵਿੱਚ ਜਾ ਕੇ ਜ਼ਰੂਰ ਇਹ ਫਿਲਮ ਦੇਖਣੀ ਹੈ ਜੀ ਥੈਂਕ ਯੂ ਸੋ ਮੱਚ ਹਰਪਜਨ ਮਾਨ ਜੀ ਅਬਾਈਗਰੋ ਗੈਸ ਵੀਰ ਦਾਸ ਕਰ 30 ਫਿਲਮ ਸੁਪਰ ਡੂਪਰ ਹਿੱਟ ਹੋਏ ਤੁਹਾਨੂੰ ਮੋੜ ਤੋਂ ਆਪਣੇ ਸਟੂਡੀਓ ਚ ਬੁਲਾਇਆ ਗਿਆ ਸੀ ਥੈਂਕ ਯੂ ਸੋ ਮੱਚ ਦੇਖੋ ਜੀ ਫਿਲਮ ਚਲਣੀ ਚਾਹੀਦੀ ਹੈ ਕਿਉਂਕਿ ਵਿਚਾਰੇ ਪ੍ਰੋਡਿਊਸਰਾਂ ਦੇ ਬਹੁਤ ਪੈਸੇ ਲੱਗੇ ਹੁੰਦੇ ਆ ਫਿਲਮ ਤੇ ਤੇ ਬਾਕੀ ਹੈ ਕਿ ਸਟੂਡੀਓ ਅਸੀਂ ਤੇ ਕਨੜ ਵੀ ਆ ਸਕਦੇ ਹਾਂ ਕਿਉਂਕਿ ਤੁਹਾਡਾ ਸਭ ਤੁਹਾਡੇ ਨਾਲ ਇੱਥੇ ਚੈਨਲ ਦੇ ਵਿੱਚ ਸਭ ਨਾਲ ਮੋਹ ਆ ਜੀ ਪਿਆਰ ਆ ਤੇ ਬਾਕੀ ਜਦੋਂ ਤੁਸੀਂ ਸਾਨੂੰ ਬੁਲਾਉਂ ਕਹਿੰਦੇ ਹੋ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਤੇ ਅਸੀਂ ਹਮੇਸ਼ਾ ਹਾਜ਼ਰ ਹਾਂ ਸੋ ਥੈਂਕ ਯੂ ਸੋ ਥੈਂਕ ਯੂ ਸੋ ਮੱਚ ਅਧਿ ਮਜਬੂਰ ਥੈਂਕ ਯੂ ਸੋ ਸਾਡੇ ਸੀਐਮ ਸਾਹਿਬ ਇਸ ਵਾਰ ਜਨਤਾ ਲਈ ਕੀ ਨਵਾਂ ਲੈ ਕੇ ਆ ਰਹੇ ਨੇ ਉਹ ਤੁਹਾਨੂੰ ਦੇਖਣਾ ਪਏਗਾ 27 ਮਈ ਨੂੰ ਸਿਨੇਮਾ ਕਰਾਂ ਦੇ ਵਿੱਚ ਜਾ ਕੇ ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਆਭਾ ਸ਼ਰਮਾ ਚੈਨਲ ਪੰਜਾਬੀ